ਸਤਿ ਸ਼੍ਰੀ ਅਕਾਲ ਜੀ। ਸਿਤਾਰੇ ਕੀ ਕਹਿੰਦੇ ਆ ਪ੍ਰੋਗਰਾਮ ਦੇਖ ਰਹੇ ਹੋ ਤੁਸੀਂ, ਮੈਂ ਆਪ ਸਭ ਨਾਲ ਜੱਸੀ ਮਾਨ। ਕਹਿੰਦੇ ਆ ਕਿ ਪ੍ਰੇਮ ਦੀ ਭਾਸ਼ਾ ਬੋਲਣੀ ਚਾਹੀਦੀ ਆ, ਕਿਉਂਕਿ ਇਹਨੂੰ ਬਹਿਰੇ ਵੀ ਸੁਣ ਸਕਦੇ ਆ। ਕਿਉਂ? ਕਿਉਂਕਿ ਇੰਪ੍ਰੈਸ਼ਨ ਅਤੇ ਅੰਦਰ ਤੋਂ ਨਿਕਲੀ ਹੋਈ ਆਵਾਜ਼, ਜੋ ਜਿਸ ਦੇ ਸ਼ਬਦਾਂ ਵਿੱਚ ਰਸ ਹੋਵੇ, ਪ੍ਰੇਮ ਹੋਵੇ, ਤਾਂ ਉਹਦੇ ਨਾਲ ਹਰ ਕਿਸੇ ਨੂੰ ਮਹਿਸੂਸ ਹੋ ਹੀ ਜਾਂਦਾ ਕਿ ਕੌਣ ਕਿੱਦਾਂ ਕੀ ਕਿਸ ਤਰ੍ਹਾਂ ਦੀ ਭਾਸ਼ਾ ਵਰਤ ਕੇ ਕਿਸ ਦੇ ਨੇੜੇ ਜਾ ਰਿਹਾ। ਤਾਂ ਇਸ ਕਰਕੇ ਇਹਨੂੰ ਗੂੰਗੇ ਵੀ ਸਮਝ ਸਕਦੇ ਆ, ਬਹਿਰੇ ਵੀ ਸੁਣ ਸਕਦੇ ਆ, ਕਿਉਂਕਿ ਪ੍ਰੇਮ ਇੱਕ ਇਹੋ ਜਿਹਾ ਜੋ ਸਪਰਸ਼ ਨਾਲ ਅਤੇ ਮਹਿਸੂਸ ਦੂਰੋਂ ਹੀ ਇਸਦਾ ਔਰਾ ਮਹਿਸੂਸ ਹੋ ਜਾਂਦਾ। ਠੀਕ, ਇਹ ਸੀ ਅੱਜ ਦਾ ਸ਼ੁਭ ਵਿਚਾਰ। ਇਸੇ ਸ਼ੁਭ ਵਿਚਾਰ ਨਾਲ ਆਪਾਂ ਕਰਦੇ ਹਾਂ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ। ਜਾਣਾਂਗੇ ਪੰਚਾਂਗ, ਪੰਚਾਂਗ ਯਾਨੀ ਸਿਤਾਰਿਆਂ ਦੀ ਸਥਿਤੀ ਅਤੇ ਉਸ ਮੁਤਾਬਕ ਹੀ ਕੀ ਕਹਿੰਦੇ ਆ ਤੁਹਾਡੇ ਸਿਤਾਰੇ, ਇਸ 'ਤੇ ਚਰਚਾ ਕਰਾਂਗੇ। ਅੱਜ 30 ਸਤੰਬਰ 2024 ਦਿਨ ਹੈ ਜੀ, ਸੋਮਵਾਰ ਦਾ। ਤਿਥੀ ਦੀ ਗੱਲ ਕੀਤੀ ਜਾਵੇ ਤਾਂ ਇਸ ਮਹੀਨੇ ਯਾਨੀ ਸਪਤੰਬਰ ਮਹੀਨੇ ਦਾ ਆਖਰੀ ਦਿਨ, ਠੀਕ, ਸੋਮਵਾਰ ਦਾ ਦਿਨ, ਔਰ ਜੋ ਤਿਥੀ ਰਹੇਗੀ ਤ੍ਰਯੋਦਸ਼ੀ ਤਿਥੀ ਹੈ, ਕ੍ਰਿਸ਼ਨ ਪੱਖ ਹਨੇਰ ਪੱਖ ਦੀ ਤ੍ਰਯੋਦਸ਼ੀ ਤਿਥੀ। ਜੋ ਨਕਸ਼ਤਰ ਹੈ ਉਹ ਮਘਾ ਰਹੇਗਾ ਸਵੇਰੇ 6:19 ਤੱਕ, ਅਤੇ ਉਸ ਤੋਂ ਬਾਅਦ ਪੂਰਵ ਫਾਲਗੋਨੀ ਨਕਸ਼ਤਰ ਚੱਲੇਗਾ। ਠੀਕ ਹੈ, ਗ੍ਰਹਿ ਮੁਤਾਬਕ ਜੀ ਜੋ ਅੱਸੂ ਦਾ ਮਹੀਨਾ ਚੱਲ ਰਿਹਾ, ਇਸਦਾ ਹਨੇਰ ਪੱਖ ਹੈ ਪੂਰਵ ਫਾਲਗੋਨੀ ਨਕਸ਼ਤਰ ਵਿੱਚ। ਸ਼ੁਭ ਯੋਗ 'ਚ ਚੰਦਰਮਾ ਤ੍ਰਯੋਦਸ਼ੀ ਤਿਥੀ 'ਤੇ ਜੋ ਕਿ ਰਹਿਣਗੇ ਤਕਰੀਬਨ ਸਿੰਘ ਰਾਸ਼ੀ ਵਿੱਚ, ਕੀ ਪ੍ਰਭਾਵ ਪਵੇਗਾ ਇਸ 'ਤੇ ਆਪਾਂ ਚਰਚਾ ਕਰਾਂਗੇ। ਸਿੰਘ ਰਾਸ਼ੀ ਜੋ ਸੂਰਜ ਦੀ ਰਾਸ਼ੀ ਹੈ ਅਤੇ ਸਾਹਮਣੇ ਕੁੰਭ ਰਾਸ਼ੀ ਵਿੱਚ ਸ਼ਨੀ, ਇਸ 'ਤੇ ਇਸਦੀ ਦ੍ਰਿਸ਼ਟੀ ਰਹੇਗੀ। ਗ੍ਰਹਿ ਮੁਤਾਬਕ ਰਾਹੂ ਕਾਲ ਦਾ ਟਾਈਮ ਅੱਜ ਸੋਮਵਾਰ ਵਾਲੇ ਦਿਨ ਰਹੇਗਾ ਜੀ, ਤਕਰੀਬਨ 9:30 ਤੋਂ ਲੈ ਕੇ 7:30 ਤੋਂ ਲੈ ਕੇ 9 ਤੱਕ ਦਾ ਟਾਈਮ ਰਾਹੂ ਕਾਲ ਦਾ ਰਹੇਗਾ। ਚੱਲਦੇ ਕੰਮਾਂ ਦਾ ਕੋਈ ਪਰਹੇਜ਼ ਨਹੀਂ ਹੈ, ਪਰ ਸਮੇਂ ਨੂੰ ਜਾਂਚ ਲੈਣਾ ਚਾਹੀਦਾ ਜਦੋਂ ਕੋਈ ਸ਼ੁਭ ਕੰਮ ਕਰਨਾ ਹੋਵੇ ਤਾਂ। ਠੀਕ, 30 ਸਤੰਬਰ ਦੇ ਨਾਲ ਸੋਮ ਪ੍ਰਦੋਸ਼ ਵਰਤ ਅਤੇ ਮਹਾਂ ਸ਼ਿਵਰਾਤਰੀ ਵਰਤ ਵੀ ਰਹੇਗਾ ਅੱਜ ਦੇ ਦਿਨ, ਅਤੇ ਗ੍ਰਹਿਾਂ ਦੀਆਂ ਯੁਤੀਆਂ ਜੋ ਨੇ ਇਸ ਮੁਤਾਬਕ, ਜੋ ਕਿਸ ਤਰ੍ਹਾਂ ਨਾਲ ਹਰ ਗ੍ਰਹਿ ਜਿਸ ਜਗ੍ਹਾ 'ਤੇ ਬੈਠ ਕੇ ਕੀ ਪ੍ਰਭਾਵ ਪਾਉਂਦਾ ਹੈ ਇਸ 'ਤੇ ਆਪਾਂ ਜਾਣਾਂਗੇ। ਅਤੇ ਸ਼ਰਾਧ ਚੱਲਦੇ ਪਏ ਨੇ, ਤੁਹਾਨੂੰ ਪਤਾ ਹੀ ਹੈ, ਅਤੇ ਸ਼ਰਾਧਾਂ ਦੇ ਦਿਨਾਂ ਵਿੱਚ ਸ਼ਰਧਾ ਅਨੁਸਾਰ ਆਪਣੇ ਵੱਡੇ ਵਡੇਰਿਆਂ ਨੂੰ ਯਾਦ ਜ਼ਰੂਰ ਕਰਨਾ ਚਾਹੀਦਾ ਹੈ। ਅੱਜ ਦੇ ਦਿਨ ਜੋ ਪੂਰਵ ਫਾਲਗੋਨੀ ਨਕਸ਼ਤਰ 'ਚ ਭਦਰਾ 7:00 ਸ਼ਾਮ ਨੂੰ 7 ਤੋਂ ਸ਼ੁਰੂ ਹੋ ਜਾਣੀ ਹੈ, ਅਤੇ ਮਹਾਂ ਸ਼ਿਵਰਾਤਰੀ ਵਰਤ ਵੀ ਰਹੇਗਾ। ਮੁਬਾਰਕਾਂ ਉਹਨਾਂ ਨੂੰ ਜਿਨ੍ਹਾਂ ਦਾ ਅੱਜ ਦੇ ਦਿਨ ਜਨਮਦਿਨ ਹੈ, ਸ਼ਾਦੀ ਦੀ ਸਾਲਗਿਰਾ ਹੈ, ਬਹੁਤ ਹੀ ਅੱਛਾ ਸਾਲ ਜਾਵੇ ਤੁਹਾਡਾ, ਬਹੁਤ ਹੀ ਵਧੀਆ ਵਰਸ਼ ਕੁੰਡਲੀ। ਵਰਸ਼ ਕੁੰਡਲੀ ਜੋ ਵਰਸ਼ ਬਰਥਡੇ ਤੋਂ ਗ੍ਰਹਿ ਚੇਂਜ ਹੁੰਦੇ ਆ, ਪਰਿਵਰਤਨ ਹੁੰਦੇ ਆ, ਅਤੇ ਉਹ ਪੂਰਾ ਸਾਲ ਚੱਲਦੇ ਆ। ਗ੍ਰਹਿ ਕਿਸੇ ਵੀ ਤਰ੍ਹਾਂ ਦੇ ਹੋਣ, ਸਿਤਾਰੇ ਅਤੇ ਔਰਾ ਨੂੰ ਸਹੀ ਰੱਖਣਾ ਹੀ ਚਾਹੀਦਾ, ਮਾਤਾ ਪਿਤਾ ਦਾ ਆਸ਼ੀਰਵਾਦ ਲੈਂਦੇ ਰਹਿਣਾ ਚਾਹੀਦਾ, ਕਿਉਂਕਿ ਉਹਨਾਂ ਤੋਂ ਵੱਡਾ ਤਾਂ ਗੁਰੂ ਕੋਈ ਨਹੀਂ ਹੈ। ਅਤੇ ਵੱਡੇ ਵਡੇਰਿਆਂ ਨੂੰ ਯਾਦ ਕਰਕੇ ਅੱਜ ਤੁਸੀਂ ਉਹਨਾਂ ਦੇ ਨਾਮ 'ਤੇ ਕਿਸੇ ਜ਼ਰੂਰਤਮੰਦ ਨੂੰ ਰਾਸ਼ਨ ਦੇ ਸਕਦੇ ਹੋ। ਠੀਕ, ਅਤੇ ਧਾਰਮਿਕ ਸਥਾਨ 'ਤੇ ਦੁੱਧ ਚੀਨੀ ਦਾ ਦਾਨ ਕਰਨ 'ਤੇ ਵੀ ਸ਼ੁਭ ਫਲ ਮਿਲਣਗੇ ਗ੍ਰਹਿਾਂ ਦੀਆਂ ਯੁਤੀਆਂ ਦੇ ਮੁਤਾਬਕ। ਠੀਕ, ਅਤੇ ਹੁਣ ਆਪਾਂ ਜਾਣਦੇ ਹਾਂ ਕੀ ਕਹਿੰਦੇ ਆ ਤੁਹਾਡੇ ਸਿਤਾਰੇ। ਸਭ ਤੋਂ ਪਹਿਲਾਂ ਐਰਿਜ਼ ਯਾਨੀ ਮੇਸ਼ ਰਾਸ਼ੀ ਵਾਲਿਆਂ ਦੀ ਗੱਲ ਕਰਾਂਗੇ। ਮੇਸ਼ ਰਾਸ਼ੀ ਦੇ ਲਈ ਜੋ ਚੰਦਰ ਸੋਚ ਸਥਾਨ ਵਿੱਚ ਬਣਿਆ ਹੋਇਆ ਹੈ, ਸੋਚ ਜਿਹੋ ਜਿਹੀ ਅੱਛੀ ਉਸੇ ਤਰ੍ਹਾਂ ਦੇ ਸਾਡੇ ਕੰਮ, ਕਈ ਵਾਰੀ ਡਿਸੀਜ਼ਨ ਲੈਣ ਵਿੱਚ ਪ੍ਰੋਬਲਮ ਆਏਗੀ। ਔਲਾਦ ਦੇ ਖਾਨੇ ਵਿੱਚ ਬੈਠਾ ਹੋਇਆ ਚੰਦਰ ਔਲਾਦ ਦੇ ਭਵਿੱਖ ਨੂੰ ਲੈ ਕੇ ਥੋੜ੍ਹੀ ਚਿੰਤਾ ਮਨ ਵਿੱਚ ਬਣੀ ਰਹਿ ਸਕਦੀ ਆ, ਪਰ ਨੁਕਸਾਨ ਕਿਸੇ ਤਰ੍ਹਾਂ ਦਾ ਨਹੀਂ ਹੋਏਗਾ। ਮਨ ਦੀ ਚੰਚਲਤਾ 'ਤੇ ਥੋੜ੍ਹਾ ਕੰਟਰੋਲ ਰੱਖੋਗੇ। ਸ਼ੁੱਕਰ ਦਾ ਨਕਸ਼ਤਰ ਧਨ ਕੰਮ ਕਰ ਅਤੇ ਬਿਜ਼ਨਸ ਵੀ ਦੇਵੇਗਾ। ਮਿਸ਼ਰੀ ਦਾ ਸੇਵਨ ਸਵੇਰ ਤੋਂ ਕਰੋ, ਚੌਲ ਹਲਦੀ ਦੁੱਧ ਧਾਰਮਿਕ ਸਥਾਨ 'ਤੇ ਰੱਖੋ, ਦਿਨ ਵਧੀਆ ਜਾਏਗਾ। ਸ਼ੁਭ ਰੰਗ ਰਹੇਗਾ ਜੀ ਅਸਮਾਨੀ, ਅਤੇ ਸ਼ੁਭ ਨੰਬਰ ਰਹੇਗਾ 1। ਟੌਰਸ ਬ੍ਰਿਕ ਰਾਸ਼ੀ, ਬ੍ਰਿਕ ਰਾਸ਼ੀ ਦੇ ਲਈ
ਜੋ ਸ਼ੁੱਕਰ ਦਾ ਨਕਸ਼ਤਰ ਹੈ ਮਿੱਤਰ ਹੈ, ਆਪਣੀ ਪਰਸਨੈਲਿਟੀ ਅਤੇ ਆਪਣੇ ਆਪ ਵਿੱਚ ਪਰਿਵਰਤਨ ਕਰਕੇ ਅਸੀਂ ਕਾਫੀ ਸਾਰੀ ਸਫਲਤਾ ਪ੍ਰਾਪਤ ਕਰ ਸਕਦੇ ਹਾਂ। ਜੀ ਹਾਂ, ਕੀ ਹੈ ਕਿ ਸ਼ੁੱਕਰ ਦਾ ਨਕਸ਼ਤਰ ਹੈ, ਸ਼ੁੱਕਰ ਤੁਹਾਡੀ ਰਾਸ਼ੀ ਦਾ ਮਾਲਕ ਹੈ, ਲਗਨ ਵਿੱਚ ਬ੍ਰਹਿਸਪਤ ਬੈਠਾ ਹੈ, ਆਪਣੇ ਬਾਰੇ ਸੋਚੋ, ਆਪਣੀ ਫਿਟਨੈਸ ਬਾਰੇ ਸੈਰ ਕਰੋ, ਅੱਛਾ ਹੁੰਦਾ ਜਾਏਗਾ। ਔਰਾ ਅਤੇ ਮਾਹੌਲ ਨੂੰ ਸਹੀ ਕਰਨ ਲਈ ਕਈ ਮੁੱਦਿਆਂ 'ਤੇ, ਕਈ ਗੱਲਾਂ 'ਤੇ ਚੁੱਪ ਚਾਪ ਰਹਿਣਾ, ਮਾਤਾ ਪਿਤਾ ਦੀ ਸਲਾਹ ਨਾਲ ਚੱਲਣਾ ਤੁਹਾਡੇ ਲਈ ਅੱਜ ਦਾ ਦਿਨ ਨੂੰ ਬੈਸਟ ਬਣਾਉਣ ਲਈ ਕਾਰਗਰ ਸਾਬਤ ਹੋਏਗਾ। ਹਲਕੇ ਰੰਗ ਪਹਿਨੋ। ਸ਼ੁਭ ਨੰਬਰ ਅੱਜ ਤੁਹਾਡਾ ਰਹੇਗਾ 4 ਨੰਬਰ। ਜੈਮਿਨੀਜ਼ ਯਾਨੀ ਮਿਥੁਨ ਰਾਸ਼ੀ, ਮਿਥੁਨ ਰਾਸ਼ੀ ਦੇ ਲਈ ਸ਼ੁੱਕਰ ਦਾ ਨਕਸ਼ਤਰ ਜੋ ਹੈ ਭਾਵੇਂ ਮਿੱਤਰ ਹੀ ਹੈ, ਪਰ ਥੋੜ੍ਹੀ ਬਹੁਤੀ ਖੱਜਲ ਖਵਾਰੀ ਤਾਂ ਬਣੀ ਰਹਿ ਸਕਦੀ ਹੈ ਮੰਗਲ ਦੇ ਲਗਨ ਵਿੱਚ ਬੈਠਣ ਕਰਕੇ। ਹੁਣ ਮੰਗਲ ਮਿੱਤਰ ਨਹੀਂ ਹੈ, 6ਵੇਂ ਖਾਨੇ ਦਾ ਮਾਲਕ ਹੈ, ਤਾਂ ਕਿਸੇ ਨਾ ਕਿਸੇ ਤਰ੍ਹਾਂ ਨਾਲ ਰੋਗ ਬਿਮਾਰੀ ਦੀਆਂ ਚਿੰਤਾਵਾਂ ਮਨ 'ਤੇ ਬੋਝ ਦਿੰਦਾ ਹੀ ਹੈ। ਕੋਈ ਵੀ ਮੈਡੀਸਨ ਚੱਲ ਰਹੀ ਹੈ ਤੁਹਾਡੀ ਤਾਂ ਉਸਨੂੰ ਆਪਣੇ ਟਾਈਮ ਸਿਰ ਲੈਂਦੇ ਰਹੋ, ਵਧੀਆ ਹੈ। ਜ਼ਿਆਦਾ ਜ਼ਰੂਰੀ ਹੈ ਗੁੱਸੇ 'ਤੇ ਕੰਟਰੋਲ ਰੱਖਣਾ, ਅਤੇ ਉਸ ਤੋਂ ਵੀ ਜ਼ਿਆਦਾ ਜ਼ਰੂਰੀ ਹੈ ਸੰਬੰਧਾਂ ਦਾ ਖਿਆਲ ਰੱਖ ਕੇ ਸ਼ਬਦਾਂ 'ਤੇ ਕੰਟਰੋਲ ਰੱਖ ਕੇ ਚੱਲਣਾ। ਠੀਕ, ਬੁੱਧ ਨੂੰ ਸ਼ੁਭ ਕਰਨ ਦੇ ਲਈ ਅੱਜ ਦੇ ਦਿਨ ਤੁਸੀਂ ਹਰਾ ਰੰਗ ਪਹਿਨੋ, ਅਤੇ ਸ਼ੁਭ ਨੰਬਰ ਤੁਹਾਡਾ ਰਹੇਗਾ 3। ਕੈਂਸਰ ਕਰਕ ਰਾਸ਼ੀ, ਕਰਕ ਰਾਸ਼ੀ ਵਾਲਿਆਂ ਦੇ ਲਈ ਧਨ ਸਥਾਨ ਵਿੱਚ ਚੰਦਰਮਾ ਸ਼ੁਭ ਫਲ ਦਏਗਾ, ਭਾਵੇਂ ਸ਼ੁੱਕਰ ਦਾ ਨਕਸ਼ਤਰ ਮਿੱਤਰ ਨਹੀਂ ਹੈ, ਪਰ ਸ਼ੁੱਕਰ ਤੁਹਾਡੀ ਲਗਜ਼ਰੀ ਲਾਈਫ ਲਈ ਬੜਾ ਮਾਇਨੇ ਰੱਖਦਾ, ਕਿਉਂਕਿ ਆਪਣੇ ਘਰ ਵਿੱਚ ਬੈਠਾ ਹੈ ਤੁਲਾ ਰਾਸ਼ੀ ਵਿੱਚ। ਹੁਣ ਤੁਲਾ ਰਾਸ਼ੀ ਵਿੱਚ ਸ਼ੁੱਕਰ ਚੌਥੇ ਸਥਾਨ ਵਿੱਚ ਵਾਹਨ ਗੱਡੀ ਦਾ ਸੁੱਖ ਜਾਏਗਾ, ਸ਼ਰਾਧ ਖਤਮ ਹੀ ਹੋਣ ਵਾਲਿਆਂ ਨੂੰ, ਤਾਂ ਤੁਸੀਂ ਲੈਣ ਬਾਰੇ ਸੋਚ ਰਹੇ ਹੋ, ਕੋਈ ਵੀ ਗੱਡੀ ਜਾਂ ਘਰ ਲੈਣ ਬਾਰੇ ਕੁਛ ਚੇਂਜ ਕਰਨ ਬਾਰੇ ਸੋਚ ਰਹੇ ਹੋ, ਤਾਂ ਸਿਤਾਰੇ ਤੁਹਾਡੇ ਬਿਲਕੁਲ ਤੁਹਾਡਾ ਸਾਥ ਦੇਣ ਵਾਲੇ ਨੇ। ਨਾਲ ਹੀ ਜਿੱਦੀ ਬਣ ਕੇ ਕੋਈ ਕੰਮ ਨਾ ਕਰੋ, ਪੈਸੇ ਦਾ ਪ੍ਰਬੰਧ ਕਿਤੋਂ ਨਾ ਕਿਤੋਂ ਹੋ ਜਾਏਗਾ। ਲੋਨ ਲੈਣ ਬਾਰੇ ਸੋਚ ਰਹੇ ਹੋ, ਉਹ ਵੀ ਲਿਆ ਜਾਏਗਾ, ਪਰ ਉਧਾਰ ਲੈਣ ਤੋਂ ਅੱਜ ਬਚਣਾ ਚਾਹੀਦਾ, ਦੁੱਧ ਮੱਥੇ 'ਤੇ ਲਾਓ। ਅਤੇ ਸ਼ੁੱਭ ਰੰਗ ਤੁਹਾਡਾ ਰਹੇਗਾ ਅੱਜ ਦੇ ਦਿਨ ਪੀਲਾ, ਅਤੇ ਸ਼ੁੱਭ ਨੰਬਰ ਰਹੇਗਾ 5। ਲੀਓ ਸਿੰਘ ਰਾਸ਼ੀ, ਸਿੰਘ ਰਾਸ਼ੀ ਵਾਲਿਆਂ ਦੇ ਲਈ ਸੂਰਜ ਤੁਹਾਡੇ ਲਗਨ ਦਾ ਮਾਲਕ, ਭਾਵੇਂ ਕੇਤੂ ਨਾਲ ਜੁੱਤੀ ਬਣਾ ਕੇ ਚੱਲ ਰਿਹਾ ਹੈ, ਸੂਰਜ ਕੇਤੂ ਦਾ ਗ੍ਰਹਿਣ ਯੋਗ ਧਨ ਸਥਾਨ ਵਿੱਚ ਲੱਗਿਆ ਹੋਇਆ, ਜੋ ਕਿ ਪੂਰੀ ਤਰ੍ਹਾਂ ਨਾਲ ਪੈਸੇ ਵੱਲੋਂ ਤਾਂ ਥੋੜ੍ਹਾ ਟਾਈਟ ਕਰ ਹੀ ਰਿਹਾ, ਆਰਥਿਕ ਸਥਿਤੀ ਨੂੰ ਥੋੜ੍ਹੀ ਡਾਵਾਂਡੋਲ ਕਰ ਰਿਹਾ, ਪਰ ਨਾਲ ਹੀ ਸਮਝਦਾਰੀ ਨਾਲ, ਕਿਉਂਕਿ ਬੁੱਧ ਉੱਚਦਾ ਹੋ ਕੇ ਤੁਹਾਨੂੰ ਕਾਫੀ ਅੱਛੀ ਸਮਝਦਾਰੀ ਦੇ ਰਿਹਾ, ਜੋ ਤੁਸੀਂ ਅੱਛੇ ਫੈਸਲੇ ਆਪਣੇ ਲਈ ਸੋਚ ਰਹੇ ਹੋ, ਕੋਈ ਪਲੈਨਿੰਗ ਬਣਾ ਰਹੇ ਹੋ, ਤਾਂ ਉਹਦੇ ਵਿੱਚ ਸਕਸੈਸ ਲਈ ਤੁਹਾਡੇ ਸਿਤਾਰੇ ਬੜੇ ਸ਼ੁਭ ਨੇ। ਲੱਗੇ ਰਹੋ, ਮਿਹਨਤ ਕਰੋ, ਅੱਛਾ ਫਲ ਮਿਲੇਗਾ। ਸੂਰਜ ਬੁੱਧ ਦੀ ਯੁਤੀ, ਉੱਚਦਾ ਬੁੱਧ ਅੱਛੀ ਸਕਸੈਸ ਤੁਹਾਨੂੰ ਦਵਾਏਗਾ, ਅਤੇ ਇਨਕਮ ਦੇ ਰਸਤੇ ਖੁੱਲ੍ਹਣਗੇ। ਭਾਵੇਂ ਕੈਸ਼ ਇਨ ਹੈਂਡ ਦੀ ਥੋੜ੍ਹੀ ਕਮੀ ਆ ਰਹੀ ਹੈ, ਪਰ ਕੰਮ ਕਿਸੇ ਤਰ੍ਹਾਂ ਦਾ ਨਹੀਂ ਰੁਕੇਗਾ। ਕੇਸਰੀ ਰੰਗ ਤੁਹਾਡਾ ਸ਼ੁਭ ਰਹੇਗਾ, ਅਤੇ ਸ਼ੁਭ ਨੰਬਰ ਰਹੇਗਾ 7। ਵਰਗੋ ਕੰਨਿਆ ਰਾਸ਼ੀ, ਸੂਰਜ ਬੁੱਧ ਕੇਤੂ ਦਾ ਲਗਨ ਵਿੱਚ ਬੈਠਣਾ ਠੀਕ ਹੈ, ਆਪਣੇ ਲਈ ਸੋਚਣਾ ਚਾਹੀਦਾ ਹੈ, ਤੁਹਾਨੂੰ ਵੀ ਸੱਚਾਈ ਪਸੰਦ ਹੋ ਰਹੇ ਹੋ, ਤੁਸੀਂ ਕੋਈ ਨਵੀਂ ਆਫਰ ਮਿਲ ਸਕਦੀ ਹੈ ਸਰਕਾਰੀ ਤੌਰ 'ਤੇ। ਅਤੇ ਚੰਦਰ ਅੱਜ ਤੁਹਾਡੇ 12ਵੇਂ ਸਥਾਨ ਵਿੱਚ ਹੈ, ਥੋੜ੍ਹਾ ਵਾਧੂ ਖਰਚਿਆਂ ਨੂੰ ਲੈ ਕੇ ਪਰੇਸ਼ਾਨੀ ਆ ਸਕਦੀ ਹੈ, ਜਾਂ ਕੋਈ ਪੈਸੇ ਮੰਗ ਸਕਦਾ ਤੁਹਾਡੇ ਕੋਲੋਂ, ਕਨਫਿਊਜ਼ ਰਹੋਗੇ ਤੁਸੀਂ ਡਿਸੀਜ਼ਨ ਲੈਣ ਵਿੱਚ ਕਿ ਦੇ ਦਿੱਤੇ ਜਾਣ ਨਾ ਦਿੱਤੇ ਜਾਣ। ਕੋਸ਼ਿਸ਼ ਕੀ ਕਰਨੀ ਹੈ, ਹਰ ਕੰਮ ਪਾਣੀ ਦਾ ਘੁੱਟ ਪੀ ਕੇ ਕਰਨਾ, ਅਤੇ ਮਾਤਾ ਪਿਤਾ ਦੀ ਸਲਾਹ ਨਾਲ ਚੱਲਣਾ, ਉਸ ਤੋਂ ਵੀ ਜ਼ਰੂਰੀ ਗੁੜ ਗਾਂ ਨੂੰ ਖਿਲਾ ਦੇਣਾ, ਦਿਨ ਵਧੀਆ ਜਾਏਗਾ। ਸ਼ੁੱਭ ਰੰਗ ਤੁਹਾਡਾ ਰਹੇਗਾ ਜੀ ਅੱਜ ਦੇ ਦਿਨ ਫਿਰੋਜ਼ੀ ਕਲਰ, ਅਤੇ ਸ਼ੁੱਭ ਨੰਬਰ ਰਹੇਗਾ 6। ਲਿਬਰਾ ਤੁਲਾ ਰਾਸ਼ੀ, ਇਨਕਮ ਸਥਾਨ ਵਿੱਚ ਚੰਦਰਮਾ, ਚੰਦਰ ਜੋ ਹੈ ਸਿੰਘ ਰਾਸ਼ੀ ਵਿੱਚ ਹੈ ਭਾਵੇਂ, ਪਰ ਸ਼ੁੱਕਰ ਦਾ ਅੱਜ ਨਕਸ਼ਤਰ ਹੈ, ਮਾਂ ਦੀ ਸਿਹਤ ਨੂੰ ਲੈ ਕੇ ਭਾਵੇਂ ਚਿੰਤਾ ਰਹੇਗੀ, ਪਰ ਰਸਤੇ ਵੀ ਮਿਲ ਜਾਣਗੇ ਅਤੇ ਮੈਡੀਸਨ ਵੀ ਲੱਗ ਜਾਏਗੀ, ਯਾਨੀ ਉਹਨਾਂ ਦੀ ਸਿਹਤ ਸਹੀ ਹੁੰਦੀ ਤੁਹਾਨੂੰ ਨਜ਼ਰ ਆਏਗੀ। ਲਗਨ ਦਾ ਮਾਲਕ ਜੋ ਹੈ ਸ਼ੁੱਕਰ ਆਪਣੇ ਹੀ ਘਰ ਵਿੱਚ ਬਿਰਾਜਮਾਨ ਹੈ, ਤਾਂ ਤਕਰੀਬਨ ਜੋ ਵੀ ਤੁਸੀਂ ਸੋਸ਼ਲ ਮੀਡੀਆ 'ਤੇ ਕੰਮ ਕਰਦੇ ਹੋ, ਜਾਂ ਕਿਸੇ ਵੀ ਤਰ੍ਹਾਂ ਨਾਲ ਫਾਈਨਾਂਸ ਦਾ ਜਾਂ ਐਡਵਾਈਸ ਦੇਣ ਦਾ ਕੰਮ ਕਰਦੇ ਹੋ, ਤਾਂ ਉਸ ਵਿੱਚ ਤੁਹਾਡੀ ਸਲਾਹ ਵੀ ਲਈ ਜਾਏਗੀ, ਅਤੇ ਤੁਹਾਡੀ ਪ੍ਰਸ਼ੰਸਾ ਵੀ ਹੋਏਗੀ ਤੁਹਾਡੇ ਕੀਤੇ ਕੰਮਾਂ ਦੇ ਲਈ। ਧਿਆਨ ਰੱਖਣ ਵਾਲੀ ਗੱਲ ਇਹ ਆ ਕਿ ਸ਼ੁੱਕਰ ਲਗਨ ਵਿੱਚ ਹੈ, ਔਰ ਵਿਆਹ ਸ਼ਾਦੀ ਲਈ ਕੋਈ ਰਿਸ਼ਤਾ ਆ ਰਿਹਾ, ਤਾਂ ਵੈਸੇ ਵੀ ਹੁਣ ਤੁਹਾਨੂੰ ਦੱਸਿਆ ਜਿੱਦਾਂ ਆਪਾਂ ਪਹਿਲਾਂ ਗੱਲ ਕੀਤੀ, ਸ਼ਰਾਧ ਖਤਮ ਹੋ ਰਿਹਾ, ਤਾਂ ਨਰਾਤਿਆਂ 'ਚ ਨਵੇਂ ਰਿਸ਼ਤੇ ਵਿੱਚ ਆ ਸਕਦੇ ਹੋ, ਤੁਸੀਂ ਵਧੀਆ ਸਿਤਾਰੇ ਆ। ਕੀ ਕਰਨਾ, ਪੰਛੀਆਂ ਨੂੰ ਅੱਜ ਸਤਨਾਜਾ ਜ਼ਰੂਰ ਪਾ ਦੇਣਾ, ਹਲਕੇ ਰੰਗ ਪਹਿਨਣੇ ਨੇ, ਹਲਕੇ ਰੰਗ ਮਤਲਬ ਡਾਰਕ ਕਲਰ
ਕਲਰ ਮਹਿਰੂਨ ਕਲਰ ਨਹੀਂ ਪਾਉਣਾ, ਰੈੱਡ ਕਲਰ ਨਹੀਂ ਪਾਉਣਾ, ਮੰਗਲ ਨੂੰ ਥੋੜ੍ਹਾ ਕੰਟਰੋਲ ਰੱਖੋ, ਨਹੀਂ ਤਾਂ 9ਵੇਂ ਸਥਾਨ ਵਿੱਚ ਪਰੇਸ਼ਾਨੀ ਦੇ ਸਕਦਾ, ਸੱਟ ਚੋਟ ਲਵਾ ਸਕਦਾ। ਸ਼ੁਭ ਰੰਗ ਵੈਸੇ ਤੁਹਾਡਾ ਅੱਜ ਦੇ ਦਿਨ ਵਾਈਟ ਕਲਰ ਰਹੇਗਾ। ਸ਼ੁਭ ਨੰਬਰ ਰਹੇਗਾ ਜੀ 10। ਅਗਲੀ ਰਾਸ਼ੀ ਸਕੋਰਪੀਓ ਵ੍ਰਿਸ਼ਚਿਕ ਰਾਸ਼ੀ। ਵ੍ਰਿਸ਼ਚਿਕ ਰਾਸ਼ੀ ਵਾਲਿਆਂ ਦੇ ਸਿਤਾਰੇ ਜੋ ਚੱਲਦੇ ਪਏ ਆ, ਭਾਵੇਂ ਲਗਨ ਦਾ ਮਾਲਕ ਰਾਸ਼ੀ ਤੋਂ 8ਵੇਂ ਸਥਾਨ ਵਿੱਚ ਚੱਲ ਰਿਹਾ, ਤਾਂ ਇਸ ਕਰਕੇ ਬਣਦੇ ਬਣਦੇ ਰਸਤਿਆਂ 'ਚ ਰੁਕਾਵਟਾਂ ਪੈ ਜਾਂਦੀਆਂ, ਕੋਈ ਨਾ ਕੋਈ ਪਰੇਸ਼ਾਨੀ ਨਾਲ ਹੀ ਖੜੀ ਹੋ ਜਾਂਦੀ ਹੈ। ਜਦੋਂ ਵੀ ਜਿਸ ਚੀਜ਼ ਬਾਰੇ ਤੁਸੀਂ ਸੋਚਣਾ ਸ਼ੁਰੂ ਕਰਦੇ ਹੋ ਕਿ ਮਤਲਬ ਆਹ ਕਰਨਾ ਆਹ ਕਰਨਾ, ਤਾਂ ਉਸੇ ਵਿੱਚ ਹੀ ਕੋਈ ਨਾ ਕੋਈ ਪਰੇਸ਼ਾਨੀ ਆ ਜਾਂਦੀ। ਹਰ ਕੰਮ ਦਾ ਅੜਕਣਾ ਜੋ ਹੈ ਮੰਗਲ ਰਾਸ਼ੀ ਦੇ ਮਾਲਕ ਲਗਨ ਦਾ ਮਾਲਕ 8ਵੇਂ ਸਥਾਨ ਵਿੱਚ ਹੋਣ ਕਰਕੇ ਆ, ਕੋਈ ਨਹੀਂ ਆ, ਜਦੋਂ ਇਸਨੇ 8ਵੇਂ 'ਚੋਂ ਨਿਕਲਣਾ ਤਾਂ ਸ਼ੁਭ ਫਲ ਮਿਲ ਜਾਣੇ। ਕਪੂਰ ਦੇ ਟਿੱਕੇ ਆਪਣੇ ਕੋਲ ਰੱਖ ਲਓ, ਸ਼ਿਵਲਿੰਗ ਮੰਦਿਰ 'ਤੇ ਵੀ ਜਾ ਕੇ ਰੱਖ ਸਕਦੇ ਹੋ ਤੁਸੀਂ ਕਪੂਰ ਦੇ ਟਿੱਕੇ ਸ਼ੁਭ ਫਲ ਲੈਣ ਦੇ ਲਈ, ਅਤੇ ਨਾਲ ਹੀ ਹਲਕਾ ਮਿਊਜ਼ਿਕ ਸੁਣੋ। ਅਤੇ ਸ਼ੁਭ ਰੰਗ ਅੱਜ ਦੇ ਦਿਨ ਤੁਹਾਡਾ ਰਹਿਣ ਵਾਲਾ ਹੈ ਜੀ ਖਾਕੀ ਕਲਰ, ਅਤੇ ਸ਼ੁਭ ਨੰਬਰ ਰਹੇਗਾ 5। ਅਗਲੀ ਰਾਸ਼ੀ ਸੈਜੀਟੇਰੀਅਸ ਧਨੂ ਰਾਸ਼ੀ। ਧਨੂ ਰਾਸ਼ੀ ਵਾਲਿਆਂ ਦੇ ਲਈ 9ਵੇਂ ਸਥਾਨ ਵਿੱਚ ਚੰਦਰ ਧਰਮ ਕਰਮ ਦੇ ਕੰਮਾਂ ਵਿੱਚ ਰੁਚੀ ਵਧਾਏਗਾ, ਕਿਸੇ ਦੀ ਮਦਦ ਕਰਨ ਲਈ ਅੱਗੇ ਵਧਣ ਅਤੇ ਸਮਾਜਿਕ ਤੌਰ 'ਤੇ ਨਾਮ ਵੀ ਵਧੇਗਾ, ਅਤੇ ਮਨ ਨੂੰ ਵੀ ਥੋੜ੍ਹੀ ਸੰਤੁਸ਼ਟੀ ਰਹੇਗੀ ਕਿ ਕਿਸੇ ਦੀ ਮਦਦ ਕੀਤੀ ਜਾਣੀ। ਸੋਸ਼ਲ ਵਰਕ ਵਿੱਚ ਤੁਸੀਂ ਆਪਣਾ ਥੋੜ੍ਹਾ ਇੰਟਰਸਟ ਵਧਾ ਰਹੇ ਹੋ, ਜਾਂ ਕਿਸੇ ਦੀ ਮਦਦ ਜ਼ਰੂਰੀ ਨਹੀਂ ਹੈ ਪੈਸੇ ਨਾਲ ਕੀਤੀ ਜਾਵੇ, ਕਿਸੇ ਵੀ ਤਰ੍ਹਾਂ ਨਾਲ ਕਰ ਸਕਦੇ ਹੋ, ਤਾਂ ਕਿਸੇ ਨਾਲ ਕਿਸੇ ਅਣਜਾਣ ਵਿਅਕਤੀ ਦੀ ਜਾਂ ਆਲੇ ਦੁਆਲੇ ਕਿਸੇ ਦੀ ਕੀਤੀ ਮਦਦ ਤੁਹਾਡੇ ਮਨ ਨੂੰ ਆ ਸੰਤੁਸ਼ਟੀ, ਅਤੇ ਧਾਰਮਿਕ ਰੁਚੀ ਵਧਣ ਵਾਲੀ ਹੈ ਤੁਹਾਡੀ। ਧਾਰਮਿਕ ਸਥਾਨ 'ਤੇ ਜਾਓ, 9 ਘੁੱਟ ਪਾਣੀ ਦੇ ਪੀਓ, 9ਵੇਂ ਬੈਠਾ ਚੰਦਰ ਸ਼ੁਭ ਫਲ ਦੇਵੇਗਾ, ਭਾਵੇਂ ਕਿ ਸ਼ੁੱਕਰ ਦਾ ਨਕਸ਼ਤਰ ਮਿੱਤਰ ਨਹੀਂ ਹੈ ਪਰ ਨੁਕਸਾਨ ਕਿਸੇ ਤਰ੍ਹਾਂ ਦਾ ਨਹੀਂ ਹੋਵੇਗਾ। ਕੈਪਰੀਗੋਨ ਮਕਰ ਰਾਸ਼ੀ। ਮਕਰ ਰਾਸ਼ੀ ਵਾਲਿਆਂ ਦੇ ਲਈ ਅੱਜ ਬਿਜ਼ਨਸ ਦਾ ਕਾਰਕ ਯਾਨੀ 7ਵੇਂ ਖਾਨੇ ਦਾ ਮਾਲਕ ਬੈਠਾ 8ਵੇਂ ਸਥਾਨ ਵਿੱਚ ਪਰੇਸ਼ਾਨੀ ਵਧਾ ਸਕਦਾ ਹੈ, ਕਿਤੇ ਨਾ ਕਿਤੇ ਲਾਈਫ ਪਾਰਟਨਰ ਹੋਵੇ ਭਾਵੇਂ ਬਿਜ਼ਨਸ ਪਾਰਟਨਰ ਹੋਵੇ ਉਸ ਨਾਲ ਕਿਹਾ ਸੁਣੀ ਬਹਿਸਬਾਜ਼ੀ ਨੁਕਸਾਨ ਕਰਾ ਸਕਦੀ ਆ, ਇਸ ਕਰਕੇ ਥੋੜ੍ਹਾ ਜਿਹਾ ਸੰਭਲ ਕੇ ਚੱਲਣਾ ਚਾਹੀਦਾ ਹੈ, ਥੋੜ੍ਹਾ ਜਿਹਾ ਸਮਝ ਕੇ ਬੋਲਣਾ ਚਾਹੀਦਾ ਹੈ। ਅਤੇ ਪੇਪਰ ਵਰਕ ਕੋਈ ਵੀ ਹੋਵੇ, ਕਿਸੇ ਵੀ ਤੁਸੀਂ ਸਾਈਨ ਕਰ ਰਹੇ ਹੋ ਜਾਂ ਕੁਛ ਨਵਾਂ ਖਰੀਦ ਰਹੇ ਹੋ, ਤਾਂ ਥੋੜ੍ਹਾ ਸੋਚ ਸਮਝ ਕੇ ਪੈਸਾ ਇਨਵੈਸਟ ਕਰੋ। ਧਿਆਨ ਰੱਖੋ ਯਾਤਰਾ ਜ਼ਰੂਰੀ ਨਹੀਂ ਹੈ ਤਾਂ ਟਾਲ ਦਿਓ, ਭਾਵੇਂ ਸ਼ੁੱਕਰ ਦਾ ਨਕਸ਼ਤਰ ਮਿੱਤਰ ਹੈ, ਅੱਛੇ ਲੋਕਲ ਨਾਲ ਸੰਬੰਧ ਤੁਹਾਡੇ, ਅੱਛੇ ਕੋਈ ਮੀਟਿੰਗ ਵਗੈਰਾ ਕਰਨੀ ਹੈ ਤਾਂ ਕਰ ਸਕਦੇ ਹੋ, ਪਰ ਮਨ 'ਤੇ ਕੰਟਰੋਲ ਰੱਖ ਕੇ ਦਿਮਾਗ ਤੋਂ ਲਏ ਗਏ ਫੈਸਲੇ ਜ਼ਿਆਦਾ ਸਕਸੈਸ ਦਵਾਉਣਗੇ। ਕਲਰ ਕੋਈ ਵੀ ਪਹਿਨੋ। ਸ਼ੁਭ ਨੰਬਰ 11। ਅਕਿਊਰਸ ਯਾਨੀ ਕੁੰਭ ਰਾਸ਼ੀ। ਕੁੰਭ ਰਾਸ਼ੀ ਦੇ ਲਈ ਧਨ ਕੰਮ ਕਰ ਬਿਜ਼ਨਸ ਲਈ ਸਿਤਾਰੇ ਅੱਛੇ ਹੋਏ, ਤੁਹਾਡੇ ਲਗਨ ਦਾ ਮਾਲਕ ਸ਼ਨੀ ਹੈ ਜੋ ਕਿ ਚੰਦਰ 'ਤੇ ਦ੍ਰਿਸ਼ਟੀ ਪੈ ਰਿਹਾ ਅੱਜ। ਹਾਂ, ਡਿਸੀਜ਼ਨ ਲੈਣ ਵਿੱਚ ਥੋੜ੍ਹੀ ਪ੍ਰੋਬਲਮ ਹੋ ਸਕਦੀ ਹੈ, ਪਰ ਧਨ ਕੰਮ ਕਰ 'ਤੇ ਬਿਜ਼ਨਸ ਵਿੱਚ ਵਾਧਾ ਹੋਏਗਾ, ਵਿਦੇਸ਼ ਤੋਂ ਪੈਸਾ ਆਏਗਾ। ਮਾਂ ਦੇ ਪੈਰੀ ਹੱਥ ਲਾ ਕੇ ਦਿਨ ਦੀ ਸ਼ੁਰੂਆਤ ਕਰੋ, ਅਤੇ ਪਤਾਸੇ ਦਾ ਸੇਵਨ ਕਰਕੇ ਘਰ ਤੋਂ ਨਿਕਲੋ, ਦਿਨ ਵਧੀਆ ਏ, ਅਤੇ ਦੁੱਧ ਜ਼ਰੂਰ ਤੁਸੀਂ ਮੱਥੇ 'ਤੇ ਲਗਾ ਲੈਣਾ। ਅਗਲੀ ਰਾਸ਼ੀ ਪਾਈਸਿਸ ਯਾਨੀ ਮੀਨ ਰਾਸ਼ੀ। ਮੀਨ ਰਾਸ਼ੀ ਦੇ ਲਈ ਜੋ ਸਿਤਾਰੇ ਨੇ ਜੀ ਤਕਰੀਬਨ ਬ੍ਰਹਿਸਪਤ ਤੁਹਾਡੇ ਲਗਨ ਦਾ ਮਾਲਕ, ਤੁਹਾਡੀ ਰਾਸ਼ੀ ਦਾ ਮਾਲਕ ਤੀਸਰੇ ਸਥਾਨ ਵਿੱਚ ਬੈਠਾ ਹੋਇਆ ਏ, ਅਤੇ ਨਾਲ ਜੋ ਚੰਦਰ ਹੈ ਉਹ ਅੱਜ 6ਵੇਂ ਸਥਾਨ ਵਿੱਚ, ਅਤੇ ਸ਼ੁੱਕਰ ਦਾ ਨਕਸ਼ਤਰ ਵੀ ਮਿੱਤਰ ਨਹੀਂ, ਤਾਂ ਇਸ ਕਰਕੇ ਸੰਭਲ ਸੰਭਲ ਕੇ ਚੱਲਣਾ ਪਵੇਗਾ। ਲਗਜ਼ਰੀ ਚੀਜ਼ ਦਾ ਕੋਈ ਨੁਕਸਾਨ ਜਿਵੇਂ ਕੋਈ ਟੁੱਟ ਜਾਣਾ, ਖਰਾਬ ਹੋ ਜਾਣਾ, ਤਾਂ ਇਸ ਕਰਕੇ ਥੋੜ੍ਹਾ ਧਿਆਨ ਰੱਖੋ। ਚੋਰੀ ਦਾ ਡਰ ਵੀ ਮਨ 'ਚ ਅਜੀਬ ਜਿਹਾ ਡਰ ਰਹੇਗਾ ਕਿ ਕਿਤੇ ਕੋਈ ਚੀਜ਼ ਚੋਰੀ ਨਾ ਹੋ ਜਾਏ। ਚਲੋ ਸੰਭਲ ਕੇ ਚੱਲਣਾ ਹੀ ਚਾਹੀਦਾ ਹੈ ਤੁਹਾਨੂੰ, ਅਤੇ ਰਾਤ ਨੂੰ ਦੁੱਧ ਦਾ ਸੇਵਨ ਬਿਲਕੁਲ ਨਹੀਂ ਕਰਨਾ, ਮੋਬਾਈਲ ਤੋਂ ਜ਼ਰੂਰੀ ਹੈ ਦੂਰੀ ਬਣਾ ਕੇ ਰੱਖਣਾ ਕਿਉਂਕਿ ਲਗਨ ਵਿੱਚ ਰਾਹੂ ਚੱਲ ਰਿਹਾ। ਠੀਕ, ਇਹ ਸੀ ਜੀ ਕੀ ਕਹਿੰਦੇ ਆ ਤੁਹਾਡੇ ਸਿਤਾਰੇ, ਗ੍ਰਹਿ ਗੋਚਰ ਅਤੇ ਨਕਸ਼ਤਰ ਦੇ ਮੁਤਾਬਕ ਆਪਾਂ ਚਰਚਾ ਕੀਤੀ, ਵਾਸਤੂ ਮੁਤਾਬਕ ਆਪਾਂ ਤੁਹਾਨੂੰ ਛੋਟੀਆਂ ਛੋਟੀਆਂ ਗੱਲਾਂ ਚੀਜ਼ਾਂ ਦੱਸਦੇ ਹੀ ਰਹਿੰਦੇ ਹਾਂ।
ਪੜ੍ਹਾਈ ਵਿੱਚ ਮਨ ਲੱਗਣਾ ਬੜਾ ਜ਼ਰੂਰੀ ਹੈ। ਪੜ੍ਹਨ ਦੀ ਕੋਈ ਉਮਰ ਨਹੀਂ ਹੈ, ਜਦੋਂ ਮਰਜ਼ੀ ਗਿਆਨ ਵਿੱਚ ਵਾਧਾ ਲੈ ਸਕਦੇ ਹੋ, ਤੁਸੀਂ ਕਰ ਸਕਦੇ ਹੋ, ਕਦੋਂ ਵੀ ਕਿਤਾਬਾਂ ਪੜ੍ਹ ਸਕਦੇ ਹੋ। ਚਲੋ, ਅਗਰ ਪੜ੍ਹਾਈ ਦਾ ਸ਼ੌਂਕ ਹੈ ਤਾਂ ਜ਼ਰੂਰ ਪੜ੍ਹੋ, ਅਤੇ ਆਪਣੇ ਲੱਗੇ ਤੁਹਾਨੂੰ ਕਿ ਹੁਣ ਥੋੜ੍ਹਾ ਸ਼ੌਂਕ ਖਤਮ ਹੁੰਦਾ ਜਾ ਰਿਹਾ, ਬੱਚੇ ਕਿਤਾਬਾਂ ਹੀ ਨਹੀਂ ਚੱਕਦੇ ਪਏ ਜਾਂ ਸਾਡਾ ਨਹੀਂ ਮਨ ਕਰ ਰਿਹਾ ਕੁਛ ਕਰਨ ਨੂੰ, ਤਾਂ ਆਪਣੀਆਂ ਗਿਆਨ ਦੀਆਂ ਕਿਤਾਬਾਂ, ਪੜ੍ਹਾਈ ਦੀਆਂ ਕਿਤਾਬਾਂ, ਬੱਚਿਆਂ ਦੀਆਂ ਕਿਤਾਬਾਂ ਹਮੇਸ਼ਾ ਵੈਸਟ ਦਿਸ਼ਾ ਵਿੱਚ ਰੱਖੋ। ਗੇਨ ਦੀ ਦਿਸ਼ਾ ਕਹੀ ਜਾਈਏ, ਕਿਸੇ ਚੀਜ਼ ਨੂੰ ਪ੍ਰਾਪਤੀ ਦੀ ਦਿਸ਼ਾ ਦੱਸੀ ਜਾਂਦੀ ਹੈ, ਵੈਸਟ ਦਿਸ਼ਾ ਸ਼ਨੀ ਦੀ ਹੈ ਨਾ, ਤਾਂ ਸ਼ਨੀ ਜੋ ਹੈ ਉਹ ਕੋਖੀ ਦਿਮਾਗ ਜੱਜ ਹੈ ਨਾ, ਇਹ ਸ਼ਨੀ ਨੂੰ ਕਿਹਾ ਗਿਆ, ਤਾਂ ਤੁਸੀਂ ਆਪਣੇ ਉਹ ਕਿਤਾਬਾਂ ਥੋੜ੍ਹੀ ਦੇਰ ਲਈ ਰੱਖ ਕੇ ਦੇਖੋ, ਮਹੀਨੇ ਦੋ, ਤਾਂ ਤੁਹਾਨੂੰ ਅੱਛਾ ਰਿਜ਼ਲਟ ਮਿਲੇਗਾ। ਠੀਕ ਹੈ, ਇਸੀ ਵਾਸਤੂ ਟਿਪ ਸਮਾਂ ਇਜਾਜ਼ਤ ਦਾ, ਆਪ ਸਭ ਦਾ ਅੱਜ ਦਾ ਦਿਨ ਅੱਛਾ ਜਾਵੇ, ਖੁਸ਼ ਰਹੋ, ਮੁਸਕਰਾਉਂਦੇ ਰਹੋ, ਮੈਨੂੰ ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ।